ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂੰ ਗੁਪਤਾ, ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਨੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਮੇਸ਼ ਰਾਸ਼ੀ ਦੇ ਜਾਤਕ ਅੱਜ ਆਪਣੇ ਆਪ ਨੂੰ ਰੱਬ ਨਾਲ ਜੋੜਨ ਦਾ ਰਸਤਾ ਲੱਭਣਗੇ। ਤੁਹਾਡੀ ਰੁਚੀ ਮੈਡੀਟੇਸ਼ਨ ਸਤਸੰਗ ਗਤੀਵਿਧੀਆਂ ਵਿੱਚ ਵਧੇਗੀ। ਅੱਜ ਤੁਹਾਨੂੰ ਮਿਹਨਤ ਵੀ ਕਰਨੀ ਪਏਗੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਡਟ ਕੇ ਕਰਨੀ ਪਏਗੀ। ਬਿਮਾਰ ਜੇਕਰ ਤੁਸੀਂ ਚੱਲ ਰਹੇ ਹੋ, ਥੋੜ੍ਹੇ ਸਮੇਂ ਤੋਂ ਸਿਹਤ ਵਿੱਚ ਸੁਧਾਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਅੱਜ ਕਿਸੇ ਨਵੇਂ ਵਿਅਕਤੀ ਨਾਲ ਤੁਹਾਡਾ ਸੰਪਰਕ ਬਣ ਸਕਦਾ ਹੈ। ਅੱਜ ਉਪਾਅ ਕੀ ਕਰਨਾ ਹੈ ਕਿ ਸ਼ਿਵਲਿੰਗ 'ਤੇ ਚਿੱਟੇ ਫੁੱਲਾਂ ਦਾ ਤੁਸੀਂ ਮਾਲਾ ਅਰਪਿਤ ਕਰਨੀ ਹੈ। ਇਹ ਕਰਨ ਨਾਲ ਸਰਕਾਰ ਦੀ ਸਪੋਰਟ ਅਤੇ ਫੇਵਰ ਤੁਹਾਨੂੰ ਪ੍ਰਾਪਤ ਹੋਏਗਾ। ਲੱਕੀ ਕਲਰ ਇਜ਼ ਪਿੰਕ ਐਂਡ ਲੱਕੀ ਨੰਬਰ ਇਜ਼ 25। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ, ਅੱਜ ਕੋਈ ਵੱਡੀ ਕਾਮਯਾਬੀ ਤੁਹਾਨੂੰ ਹਾਸਿਲ ਹੋ ਸਕਦੀ ਹੈ। ਕੋਈ ਵੱਡਾ ਪ੍ਰੋਜੈਕਟ ਮਿਲ ਸਕਦਾ ਹੈ, ਵੱਡਾ ਟੈਂਡਰ ਮਿਲ ਸਕਦਾ ਹੈ ਜਾਂ ਕੋਈ ਵੱਡੀ ਜਿੱਤ ਤੁਸੀਂ ਪ੍ਰਾਪਤ ਕਰ ਸਕਦੇ ਹੋ। ਪਰਿਵਾਰ ਅਤੇ ਸਮਾਜ ਅਤੇ ਪ੍ਰੀਅਰਜਨ ਤੁਹਾਡੇ ਪ੍ਰਤੀ ਸਮਰਪਿਤ ਰਹਿਣਗੇ। ਤੁਹਾਡੇ ਦੋਸਤਾਂ ਦਾ ਪੂਰਾ ਸਾਥ ਤੁਹਾਨੂੰ ਮਿਲੇਗਾ ਅਤੇ ਅੱਜ ਕੋਈ ਸ਼ੁਭ ਸਮਾਚਾਰ ਮਿਲਣ ਦੀ ਵੀ ਚੰਗੀ ਸੰਭਾਵਨਾ ਹੈ। ਕਰੀਅਰ ਵਿੱਚ ਨਵੀਂ ਦਿਸ਼ਾ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਅਤੇ ਜੇਕਰ ਕੋਈ ਕੰਮ ਤੁਹਾਡਾ ਪੈਂਡਿੰਗ ਚੱਲ ਰਿਹਾ, ਫਸਿਆ ਹੋਇਆ, ਉਹ ਕੰਮ ਅੱਜ ਪੂਰਾ ਹੋ ਜਾਏਗਾ। ਅੱਜ ਦਾ ਉਪਾਅ, ਘਰ ਅਤੇ ਆਫਿਸ ਦੇ ਮੁੱਖ ਦੀਵਾਰ 'ਤੇ ਤੁਸੀਂ ਹਲਦੀ ਨਾਲ ਸ਼ੁਭ ਲਾਭ ਲਿਖਣਾ ਹੈ, ਯਾਨੀ ਕਿ ਜੋ ਕਿ ਮੇਨ ਗੇਟ ਹੈ, ਭਾਵੇਂ ਘਰ ਦਾ ਹੈ ਭਾਵੇਂ ਆਫਿਸ ਦਾ ਹੈ, ਉਹਦੇ ਉੱਤੇ ਸ਼ੁਭ ਲਾਭ ਲਿਖੋ। ਲੱਕੀ ਕਲਰ ਤੁਹਾਡੇ ਲਈ ਹੈ ਬਰਾਊਨ ਐਂਡ ਲੱਕੀ ਨੰਬਰ ਇਜ਼ 1। ਜੈਮਨੀ ਯਾਨੀ ਮਿਥੁਨ ਰਾਸ਼ੀ, ਸ਼ੇਅਰ ਮਾਰਕੀਟ ਵਿੱਚ ਲਗਾਏ ਹੋਏ ਪੈਸੇ ਤੁਹਾਨੂੰ ਅੱਜ ਫਾਇਦਾ ਕਰਾ ਕੇ ਜਾਣਗੇ। ਲੰਬੇ ਸਮੇਂ ਲਈ ਕੀਤੀ ਇਨਵੈਸਟਮੈਂਟ ਵੀ ਤੁਹਾਡੇ ਲਈ ਲਾਭਕਾਰੀ ਸਿੱਧ ਹੋਏਗੀ। ਘਰ ਆਫਿਸ ਵਿੱਚ ਕੰਮ ਦਾ ਦਬਾਅ ਤੁਹਾਡੇ 'ਤੇ ਬਣਿਆ ਰਹੇਗਾ ਅਤੇ ਮਿਹਨਤ ਨਾਲ ਕੀਤੇ ਹੋਏ ਕੰਮ ਨੂੰ ਤੁਸੀਂ ਸਿਰੇ ਚੜ੍ਹਾ ਪਾਓਗੇ, ਜਿਸ ਕਾਰਨ ਤੁਹਾਨੂੰ ਮਾਨ ਸਨਮਾਨ ਦੀ ਪ੍ਰਾਪਤੀ ਹੋਏਗੀ। ਪਰ ਤੁਸੀਂ ਅੱਜ ਆਪਣਾ ਪਰਸ, ਆਪਣਾ ਮੋਬਾਈਲ, ਆਪਣੇ ਵਾਹਨ ਦੀ ਚਾਬੀ ਕਿਸੇ ਨੂੰ ਨਹੀਂ ਦੇਣੀ। ਉਪਾਅ ਕੀ ਕਰਨਾ ਹੈ ਕਿ ਕਾਂਸੇ ਦੇ ਬਰਤਨ ਵਿੱਚ ਰੋਟੀ ਖਾਣੀ ਹੈ। ਲੱਕੀ ਕਲਰ ਹੈ ਗ੍ਰੀਨ ਐਂਡ ਲੱਕੀ ਨੰਬਰ ਇਜ਼ 9। ਕੈਂਸਰ ਯਾਨੀ ਕਰਕ ਰਾਸ਼ੀ, ਕਾਰੋਬਾਰ ਵਿੱਚ ਅਚਾਨਕ ਬਦਲਾਵ ਦੇ ਸੰਕੇਤ ਨਜ਼ਰ ਆਉਂਦੇ ਨੇ। ਕੋਸ਼ਿਸ਼ ਕਰੋ ਜੋ ਵੀ ਬਦਲਾਵ ਤੁਸੀਂ ਕਰਨਾ ਚਾਹੋ ਉਹਨੂੰ ਟਾਈਮ ਨਾਲ ਟੈਸਟ ਕਰਕੇ ਹੌਲੀ ਹੌਲੀ ਕਰੋ। ਇੱਕਦਮ ਪੂਰਾ ਬਦਲਾਵ ਕਰਨ ਦੀ ਕੋਈ ਲੋੜ ਨਹੀਂ। ਤੁਹਾਡੀ ਉਪਲਬਧੀ 'ਤੇ ਅਤੇ ਤੁਹਾਡੇ ਆਮਦਨੀ ਦਾ ਗ੍ਰਾਫ ਉੱਚਾ ਜਾਏਗਾ। ਤੁਹਾਡੇ ਵਿੱਚ ਇੱਕ ਨਵੇਂ ਕੌਨਫੀਡੈਂਸ ਨੂੰ ਤੁਸੀਂ ਅੱਜ ਮਹਿਸੂਸ ਕਰੋਗੇ ਅਤੇ ਆਪੇ ਪ੍ਰਸ਼ੰਸਾ ਅਤੇ ਦਿਖਾਵਾ ਕਰਨ ਤੋਂ ਤੁਸੀਂ ਅੱਜ ਗੁਰੇਜ਼ ਕਰਨਾ ਹੈ। ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਤੁਹਾਨੂੰ ਅੱਜ ਕੋਈ ਲੋੜ ਨਹੀਂ। ਕਾਨੂੰਨੀ ਮਾਮਲੇ ਵਿੱਚ ਵਕੀਲ ਦੀ ਸਲਾਹ ਜ਼ਰੂਰ ਲੈਣੀ ਹੈ ਅਤੇ ਕੋਈ ਸਰਕਾਰੀ ਅਧਿਕਾਰੀ ਅੱਜ ਤੁਹਾਡੀ ਮਦਦ ਵੀ ਕਰ ਸਕਦਾ ਹੈ। ਅੱਜ ਦਾ ਉਪਾਅ, ਕਿਸੇ ਧਾਰਮਿਕ ਸਥਾਨ ਵਿੱਚ ਕਣਕ ਦਾ ਕੀਤਾ ਦਾਨ ਤੁਹਾਡੇ ਲਈ ਸ਼ੁਭ ਰਹੇਗਾ। ਕਣਕ ਤੁਸੀਂ ਆਪਣੇ ਵਜ਼ਨ ਦਾ 10ਵਾਂ ਹਿੱਸਾ ਦਾਨ ਕਰਨੀ ਹੈ। ਲੱਕੀ ਕਲਰ ਇਜ਼ ਨੇਵੀ ਬਲੂ ਐਂਡ ਲੱਕੀ ਨੰਬਰ ਇਜ਼ 18। ਲੀਓ ਯਾਨੀ ਸਿੰਘ ਰਾਸ਼ੀ, ਅੱਜ ਕੰਮ ਵਿੱਚ ਮਨ ਤੁਹਾਡਾ ਪੂਰੀ ਤਰ੍ਹਾਂ ਲੱਗੇਗਾ। ਤੁਸੀਂ ਪੂਰੀ ਫੋਕਸ ਅਤੇ ਕੰਸਨਟ੍ਰੇਸ਼ਨ ਨਾਲ ਕੰਮ ਕਰੋਗੇ। ਮਨ ਮੁਤਾਬਿਕ ਜੀਵਨ ਸਾਥੀ ਮਿਲਣ ਦੇ ਵੀ ਸੰਕੇਤ ਨਜ਼ਰ ਆ ਰਹੇ ਨੇ। ਮਨ ਮੁਟਾਵ ਦੂਰ ਹੋਏਗਾ ਅਤੇ ਜੇ ਤੁਹਾਡੇ ਕੋਲ ਕੋਈ ਪ੍ਰੀਅਜਨ ਰੁੱਠੇ ਹੋਏ ਨੇ, ਤੁਹਾਡੇ ਯਾਰ ਦੋਸਤ ਰੁੱਠੇ ਹੋਏ ਨੇ, ਉਹਨਾਂ ਨਾਲ ਗੱਲ ਕਰੋ। ਅੱਜ ਉਹਨਾਂ ਨੂੰ ਸਮਾਂ ਦਿਓ, ਤੁਹਾਡੀ ਗੱਲ ਜ਼ਰੂਰ ਮੰਨਣਗੇ ਅਤੇ ਰਿਸ਼ਤੇ ਦੁਬਾਰਾ ਤੋਂ ਨਵੇਂ ਹੋ ਜਾਣਗੇ। ਰਿਸ਼ਤਿਆਂ ਨੂੰ ਸੁਧਾਰਨ ਲਈ ਅੱਜ ਦਾ ਦਿਨ ਬਹੁਤ ਚੰਗਾ ਹੈ।
ਅੱਜ ਉਪਾਅ ਕੀ ਕਰਨਾ ਹੈ ਕਿ ਹਰੀ ਸਬਜ਼ੀਆਂ ਦਾ ਲੰਗਰ ਵਿੱਚ ਦਾਨ ਦੇਣਾ ਹੈ। ਲੱਕੀ ਕਲਰ ਇਜ਼ ਸੈਫਰਨ ਐਂਡ ਲੱਕੀ ਨੰਬਰ ਇਜ਼ 3। ਵਰਗੋ ਯਾਨੀ ਕੰਨਿਆ ਰਾਸ਼ੀ, ਅੱਜ ਆਪਸੀ ਮਤਭੇਦ ਦੂਰ ਕਰਕੇ ਤੁਸੀਂ ਆਪਣੀ ਨਜ਼ਦੀਕੀਆਂ ਵਧਾਓਗੇ, ਚਾਹੇ ਉਹ ਤੁਹਾਡਾ ਪਾਰਟਨਰ ਹੈ, ਲਾਈਫ ਪਾਰਟਨਰ ਹੈ, ਬਿਜ਼ਨਸ ਪਾਰਟਨਰ ਹੈ ਜਾਂ ਤੁਹਾਡੇ ਦੂਰ ਦੇ ਰਿਸ਼ਤੇਦਾਰ ਨੇ। ਕਾਰਕ ਖੇਤਰ ਵਿੱਚ ਸਭ ਦਾ ਸਾਥ ਤੁਹਾਨੂੰ ਪ੍ਰਾਪਤ ਹੋਏਗਾ ਅਤੇ ਪੜ੍ਹਾਈ ਵਿੱਚ ਵਿਦਿਆਰਥੀਆਂ ਦੀ ਰੁਚੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਕੋਈ ਪ੍ਰੋਪਰਟੀ ਜਾਂ ਰੀਅਲ ਇਸਟੇਟ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਉਹ ਬਣਦਾ ਬਣਦਾ ਥੋੜ੍ਹਾ ਜਿਹਾ ਰੁਕ ਸਕਦਾ ਹੈ। ਘਰ ਵਿੱਚ ਜ਼ਰੂਰੀ ਫੈਸਲਿਆਂ ਨੂੰ ਅੱਜ ਨਹੀਂ ਲੈਣਾ, ਅੱਜ ਦਾ ਦਿਨ ਇਹ ਫੈਸਲਿਆਂ ਨੂੰ ਟਾਲ ਦਿਓ, ਕੱਲ੍ਹ ਇਹ ਡਿਸਕਸ਼ਨ ਕਰੋ, ਤੁਹਾਡੇ ਲਈ ਵਧੀਆ ਰਹੇਗੀ। ਅੱਜ ਦਾ ਉਪਾਅ, ਲਾਲ ਰੰਗ ਦੇ ਆਸਣ 'ਤੇ ਬੈਠ ਕੇ ਆਪਣੇ ਇਸ਼ਟ ਦੇਵ ਨੂੰ ਯਾਦ ਕੀਤਾ ਤੁਹਾਡੇ ਲਈ ਵਧੀਆ ਰਹੇਗਾ, ਉਹਨਾਂ ਦਾ ਨਾਮ ਸਿਮਰਨ ਕਰਨਾ ਵਧੀਆ ਰਹੇਗਾ। ਲੱਕੀ ਕਲਰ ਇਜ਼ ਪਰਪਲ, ਲੱਕੀ ਨੰਬਰ ਇਜ਼ 22। ਪਿਆਰੇ ਦਰਸ਼ਕੋਂ, ਜੇਕਰ ਜੋਤਿਸ਼, ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਵੀ ਜਿਗਿਆਸਾ ਹੈ, ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਇਹ ਵਿੱਦਿਆ ਨੂੰ ਸਿੱਖਣਾ ਚਾਹੁੰਦੇ ਹੋ, ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਕਲਾਕਾਰ ਬਣਨਾ ਚਾਹੁੰਦੇ ਹੋ, ਡਾਕਟਰ, ਸਾਇੰਟਿਸਟ ਜਾਂ ਸਪੋਰਟਸ ਵਿੱਚ ਜਾਣਾ ਚਾਹੁੰਦੇ ਹੋ, ਕਿਹੜਾ ਕਰੀਅਰ ਤੁਹਾਡੇ ਬੱਚੇ ਲਈ ਬੈਸਟ ਰਹੇਗਾ, ਇਹਦੀ ਸਿਲੈਕਸ਼ਨ ਕਰਨਾ ਚਾਹੁੰਦੇ ਹੋ, ਜਾਂ ਸ਼ਾਦੀ ਵਿਆਹ ਵਿੱਚ ਅੜਚਨ ਆ ਰਹੀ ਹੈ, ਸੰਤਾਨ ਪ੍ਰਾਪਤੀ ਵਿੱਚ ਕੋਈ ਡਿਲੇ ਹੈ, ਕੋਈ ਵੀ ਘਰ, ਆਫਿਸ, ਦੁਕਾਨ ਜਾਂ ਫੈਕਟਰੀ ਦਾ ਵਾਸਤੂ ਦੋਸ਼ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਇਹਦਾ ਵਾਸਤੂ ਚੈੱਕ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ, ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਬਿਜ਼ਨਸ ਦੇ ਕੰਮ ਵਿੱਚ ਅੱਜ ਸਾਵਧਾਨੀ ਵਰਤਣੀ ਹੈ, ਸਟਾਫ ਉੱਤੇ ਥੋੜ੍ਹਾ ਜਿਹਾ ਚੈੱਕ ਰੱਖਣਾ ਹੈ, ਉਹਨਾਂ ਦੀ ਲਾਪਰਵਾਹੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ, ਇਸ ਕਰਕੇ ਕਿਸੇ ਵੀ ਤਰੀਕੇ ਦੀ ਅਲਗਰਜ਼ੀ ਤੁਹਾਨੂੰ ਨਹੀਂ ਕਰਨੀ ਚਾਹੀਦੀ। ਮਿਹਨਤ ਤੁਹਾਨੂੰ ਨਵੀਂ ਪਹਿਚਾਣ ਜ਼ਰੂਰ ਦਿਲਾਏਗੀ, ਪਰ ਆਪਣੀ ਕੁਆਲਿਟੀ ਨੂੰ, ਆਪਣੇ ਪ੍ਰੋਡਕਟ ਨੂੰ ਮਾਰਕੀਟ ਵਿੱਚ ਚੰਗੀ ਤਰ੍ਹਾਂ ਪਲੇਸ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਅਤੇ ਇਸ ਪਲੇਸਮੈਂਟ ਲਈ ਤੁਸੀਂ ਕਿਸੇ ਸੀਨੀਅਰ ਐਕਸਪੀਰੀਅੰਸਡ ਬੰਦੇ ਦੀ ਸਲਾਹ ਜ਼ਰੂਰ ਲਓ। ਕਰੀਅਰ ਵਿੱਚ ਜੋ ਨਵੀਂ ਰਾਹ, ਓਪਰਚੁਨਿਟੀ ਤੁਸੀਂ ਤਲਾਸ਼ ਰਹੇ ਹੋ, ਅੱਜ ਤੁਹਾਨੂੰ ਮਿਲ ਜਾਏਗੀ, ਅਤੇ ਪ੍ਰੋਪਰਟੀ ਵੇਚਣ ਲਈ ਸਮਾਂ ਸਹੀ ਹੈ, ਪਰ ਪੇਮੈਂਟ ਤੁਹਾਡੀ ਥੋੜ੍ਹੀ ਰੁਕ ਰੁਕ ਕੇ ਆਏਗੀ। ਉਪਾਅ ਕੀ ਕਰਨਾ ਹੈ ਕਿ ਘਰ ਦੇ ਜਿਹੜੇ ਵੱਡੇ ਬਜ਼ੁਰਗ ਪਰਿਜਨ ਨੇ, ਉਹਨਾਂ ਕੋਲੋਂ ਕੁਛ ਸਿੱਕੇ ਲੈ ਕੇ ਇੱਕ ਲਾਲ ਕੱਪੜੇ ਦੀ ਪੋਟਲੀ ਵਿੱਚ ਬੰਨ੍ਹ ਕੇ ਆਪਣੇ ਕੋਲ ਰੱਖਣੇ ਨੇ। ਲੱਕੀ ਕਲਰ ਇਜ਼ ਕ੍ਰੀਮ, ਲੱਕੀ ਨੰਬਰ ਇਜ਼ 11। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ, ਤੁਹਾਡੀ ਪ੍ਰਮੋਸ਼ਨ ਦੇ ਰਸਤੇ ਜੋ ਬੜੀ ਦੇਰ ਤੋਂ ਬੰਦ ਚੱਲ ਰਹੇ ਨੇ, ਉਹ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਹੈ। ਕਰੀਅਰ ਵਿੱਚ ਜਿਸ ਮੁਕਾਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਵੀ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ, ਉਹਦੇ ਵੱਲ ਤੁਸੀਂ ਆਪਣੇ ਕਦਮ ਵਧਾਉਣੇ ਸ਼ੁਰੂ ਕਰ ਦਿਓਗੇ। ਪਰਿਵਾਰ ਵਿੱਚ ਸਹਿਯੋਗ ਅਤੇ ਪਿਆਰ ਬਣਿਆ ਰਹੇਗਾ, ਤੁਹਾਡੇ ਜੋ ਜ਼ਿੰਦਗੀ ਦੇ ਗੋਲਸ ਨੇ, ਮੁਕਾਮ ਨੇ, ਉਹਨਾਂ ਨੂੰ ਲੈ ਕੇ ਤੁਹਾਡਾ ਪਰਿਵਾਰ ਵੀ ਅੱਜ ਤੁਹਾਡੇ ਨਾਲ ਖੜ੍ਹਾ ਹੋ ਜਾਏਗਾ। ਜਿਹੜੇ ਖਿਡਾਰੀ ਯਾਨੀ ਕਿ ਸਪੋਰਟਸ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ, ਸਕਿੱਲ ਦਿਖਾਉਣ ਦਾ ਮੌਕਾ ਮਿਲੇਗਾ, ਇੰਟਰਨੈਸ਼ਨਲ ਲੈਵਲ 'ਤੇ ਪਰਫੋਰਮੈਂਸ ਕਰਨ ਦਾ ਤੁਹਾਨੂੰ ਚੰਗਾ ਮੌਕਾ ਅੱਜ ਮਿਲ ਸਕਦਾ ਹੈ। ਉਪਾਅ ਕੀ ਕਰਨਾ ਹੈ ਕਿ ਕੁੱਤੇ ਨੂੰ ਸਰੋਂ ਦੇ ਤੇਲ ਨਾਲ ਚੋਪੜੀ ਹੋਈ ਰੋਟੀ ਤੁਸੀਂ ਸ਼ਾਮੀ ਜ਼ਰੂਰ ਖਿਲਾਉਣੀ ਹੈ। ਲੱਕੀ ਕਲਰ ਇਜ਼ ਯੈਲੋ, ਲੱਕੀ ਨੰਬਰ ਇਜ਼ 7। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ, ਸਿਹਤ ਦੇ ਪੱਖ ਤੋਂ ਕਾਫ਼ੀ ਤੰਦਰੁਸਤ ਮਹਿਸੂਸ ਕਰੋਗੇ। ਵਿਦੇਸ਼ ਵਿੱਚ ਬਿਜ਼ਨਸ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਤੁਹਾਡਾ ਪਲੈਨ ਜਿਹੜਾ ਹੈ ਉਹਦੇ ਉੱਤੇ ਤੁਸੀਂ ਵਰਕਿੰਗ ਕਰ ਸਕਦੇ ਹੋ, ਚਾਹੇ ਇਸ ਪਲੈਨਿੰਗ ਨੂੰ ਥੋੜ੍ਹਾ ਹੋਰ ਸਮਾਂ ਲੱਗੇ,
ਪਰ ਤੁਸੀਂ ਫੌਰਨ ਵਿੱਚ ਚੰਗਾ ਰਿਜ਼ਲਟ ਪ੍ਰਾਪਤ ਕਰ ਪਾਓਗੇ, ਆਈਡੀਆ ਤੁਹਾਡਾ ਜ਼ਰੂਰ ਕਾਮਯਾਬ ਹੋਏਗਾ। ਇਨਵੈਸਟਮੈਂਟ ਕਰਨ ਵਾਸਤੇ ਵੀ ਦਿਨ ਚੰਗਾ ਹੈ, ਅਤੇ ਜੇਕਰ ਕੋਈ ਵੱਡੀ ਇਨਵੈਸਟਮੈਂਟ ਕਰਨੀ ਹੈ, ਕਿਸੇ ਵੱਡੀ ਥਾਂ 'ਤੇ ਇਨਵੈਸਟਮੈਂਟ ਕਰਨੀ ਹੈ, ਕੋਈ ਪਲੋਟ, ਘਰ, ਪ੍ਰੋਪਰਟੀ ਖਰੀਦਣੀ ਹੈ, ਤਾਂ ਸੋਚ ਸਮਝ ਕੇ ਡਾਕੂਮੈਂਟਸ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ, ਫਿਰ ਹੀ ਉਹ ਇਨਵੈਸਟਮੈਂਟ ਕੀਤੀ ਜਾਏ, ਤਾਂ ਉਹ ਲਾਭ ਤੁਹਾਨੂੰ ਜ਼ਰੂਰ ਦੇਵੇਗੀ। ਆਪਣੇ ਪਾਰਟਨਰ, ਯਾਨੀ ਕਿ ਚਾਹੇ ਉਹ ਬਿਜ਼ਨਸ ਪਾਰਟਨਰ ਹੈ ਜਾਂ ਤੁਹਾਡਾ ਲਾਈਫ ਪਾਰਟਨਰ ਹੈ, ਉਸ ਦੀ ਗੱਲ ਜ਼ਬਰਦਸਤੀ ਅੱਜ ਤੁਹਾਨੂੰ ਮੰਨਣੀ ਪੈ ਸਕਦੀ ਹੈ, ਕੋਈ ਨਾ ਕੋਈ ਜ਼ਿੱਦ ਉਹ ਕਰ ਸਕਦੇ ਨੇ ਜਿਹਦੇ ਅੱਗੇ ਤੁਸੀਂ ਘੁਟਨੇ ਟੇਕੋਗੇ। ਅੱਜ ਦਾ ਉਪਾਅ, ਸੰਦਲ ਦਾ ਟਿੱਕਾ ਮੱਥੇ 'ਤੇ ਨਾਭੀ 'ਤੇ ਲਗਾਉਣਾ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਲੱਕੀ ਕਲਰ ਹੈ ਰੈੱਡ ਐਂਡ ਲੱਕੀ ਨੰਬਰ ਇਜ਼ 27। ਕੇਪਰੀਕੋਨ ਯਾਨੀ ਮਕਰ ਰਾਸ਼ੀ, ਆਪਣੇ ਕਾਰਕ ਖੇਤਰ ਵਿੱਚ ਕੀਤੀ ਹੋਈ ਮਿਹਨਤ ਅੱਜ ਰੰਗ ਲਿਆਏਗੀ, ਅਤੇ ਛੁਪੇ ਹੋਏ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਨੇ। ਘਰ ਵਿੱਚ ਕੋਈ ਮੰਗਲ ਕਾਰਜ ਹੋ ਸਕਦਾ ਹੈ, ਘਰ ਦੀ ਕੋਈ ਰੈਨੋਵੇਸ਼ਨ ਕਰਨੀ ਹੈ ਜਾਂ ਸਾਜ ਸੱਜਾ ਦਾ ਕੋਈ ਕੰਮ ਕਰਨਾ ਹੈ, ਉਹ ਕੰਮ ਸ਼ੁਰੂ ਹੋ ਸਕਦਾ ਹੈ। ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਮਨ 'ਚ ਹੀ ਐਡਮਿਸ਼ਨ ਮਿਲਦੀ ਹੋਈ ਨਜ਼ਰ ਆ ਰਹੀ ਹੈ। ਅੱਜ ਦਾ ਉਪਾਅ, ਧਾਰਮਿਕ ਸਥਲ 'ਤੇ ਕਿਸੇ ਗਰੀਬ ਇਨਸਾਨ ਨੂੰ ਅਨਾਜ ਦਾ ਦਾਨ ਦੇਣਾ ਹੈ। ਲੱਕੀ ਕਲਰ ਹੈ ਪੀਚ ਐਂਡ ਲੱਕੀ ਨੰਬਰ ਇਜ਼ 32। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਅੱਜ ਕਿਸਮਤ ਤੁਹਾਡੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ, ਚਮਕਦੀ ਹੋਈ ਨਜ਼ਰ ਆ ਰਹੀ ਹੈ। ਤੁਹਾਨੂੰ ਤੁਹਾਡੀ ਕਿਸਮਤ ਦੇ ਸਦਕੇ ਅੱਜ ਸਾਰੇ ਕੰਮ ਬਣਦੇ ਹੋਏ ਨਜ਼ਰ ਆ ਰਹੇ ਨੇ। ਜਿਹੜੇ ਕੰਮ ਨੂੰ ਹੱਥ ਪਾਓਗੇ ਉਹ ਕੰਮ ਜ਼ਰੂਰ ਪੂਰਾ ਹੋਏਗਾ, ਅਤੇ ਆਫਿਸ ਵਿੱਚ ਤੁਸੀਂ ਮਨ ਮੁਤਾਬਿਕ ਅੱਜ ਸਾਰਿਆਂ ਕੋਲੋਂ ਕੰਮ ਕਰਵਾ ਵੀ ਪਾਓਗੇ, ਅਤੇ ਤੁਹਾਡੇ ਯਾਰ ਦੋਸਤ ਵੀ ਤੁਹਾਡੀ ਸਾਰੀਆਂ ਗੱਲਾਂ ਮੰਨਦੇ ਹੋਏ ਨਜ਼ਰ ਆ ਰਹੇ ਨੇ। ਤੁਹਾਡੇ ਕੁਲੀਗਸ, ਤੁਹਾਡੇ ਦੋਸਤ ਤੁਹਾਡੇ ਕੰਮ ਵਿੱਚ ਪੂਰੀ ਸਪੋਰਟ ਕਰਨਗੇ, ਅਤੇ ਸੀਨੀਅਰ ਵੀ ਅੱਜ ਤੁਹਾਨੂੰ ਥੋੜ੍ਹਾ ਜ਼ਿਆਦਾ ਫੇਵਰ ਕਰਨਗੇ। ਅੱਜ ਆਪਣਾ ਪਾਰਟਨਰ ਨਾਲ ਕੀਤੇ ਘੁੰਮਣ ਫਿਰਨ ਦਾ ਪ੍ਰੋਗਰਾਮ ਅੱਜ ਤੁਸੀਂ ਬਣਾ ਸਕਦੇ ਹੋ, ਲੇਟ ਨਾਈਟ ਡਿਨਰ 'ਤੇ ਜਾ ਸਕਦੇ ਹੋ। ਉਪਾਅ ਕੀ ਕਰਨਾ ਹੈ ਕਿ ਤਾਂਬੇ ਦਾ ਇੱਕ ਖੋਟਾ ਸਿੱਕਾ ਲਾਲ ਧਾਗੇ ਵਿੱਚ ਪਿਰੋ ਕੇ ਆਪਣੇ ਕੋਲ ਰੱਖਣਾ ਹੈ। ਲੱਕੀ ਕਲਰ ਇਸ ਮੈਜੈਂਟਾ ਐਂਡ ਲੱਕੀ ਨੰਬਰ ਇਸ 22। ਹੁਣ ਗੱਲ ਕਰਦੇ ਹਾਂ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਰਾਸ਼ੀ ਦੀ। ਕਿਸੇ ਵੱਡੇ ਪ੍ਰੋਜੈਕਟ ਨੂੰ ਲੀਡ ਕਰਨ ਦਾ ਮੌਕਾ ਅੱਜ ਤੁਹਾਨੂੰ ਮਿਲ ਸਕਦਾ ਹੈ। ਆਪਣੇ ਕੀਤੇ ਹੋਏ ਕੰਮ ਲਈ ਵਾਹ ਵਾਹੀ ਤੁਹਾਨੂੰ ਮਿਲ ਸਕਦੀ ਹੈ, ਸਨਮਾਨ ਮਿਲ ਸਕਦਾ ਹੈ, ਅਤੇ ਸਰਕਾਰ ਵੀ ਅੱਜ ਤੁਹਾਡੇ ਦੁਆਰ ਖੜੀ ਰਹੇਗੀ, ਸਰਕਾਰ ਤੁਹਾਡੇ ਨਾਲ ਤੁਰੇਗੀ, ਸਰਕਾਰੀ ਅਧਿਕਾਰੀ ਦੀ ਮਦਦ ਤੁਹਾਨੂੰ ਮਿਲੇਗੀ, ਅਤੇ ਕੋਈ ਰੁਕਿਆ ਹੋਇਆ ਕੰਮ ਤੁਹਾਡਾ ਬਣ ਸਕਦਾ ਹੈ। ਆਰਥਿਕ ਸਮੱਸਿਆਵਾਂ ਤੋਂ ਅੱਜ ਤੁਸੀਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹੋ। ਉਪਾਅ ਕੀ ਕਰਨਾ ਹੈ ਕਿ ਚਲਦੇ ਪਾਣੀ ਵਿੱਚ 1.25 ਕਿਲੋ ਜੌਂ ਅਤੇ ਦੁੱਧ ਘੋਲ ਕੇ ਤੁਸੀਂ ਬਹਾਉਣਾ ਹੈ। ਲੱਕੀ ਕਲਰ ਇਜ਼ ਸਿਲਵਰ ਐਂਡ ਲੱਕੀ ਨੰਬਰ ਇਜ਼ 18। ਪਿਆਰੇ ਦਰਸ਼ਕੋ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ ਇਸੇ ਸਮੇਂ ਇਸੇ ਚੈਨਲ ਉੱਤੇ, ਨਵੇਂ ਰਾਸ਼ੀਫਲ, ਨਵੇਂ ਉਪਾਅ, ਲੱਕੀ ਕਲਰ ਅਤੇ ਲੱਕੀ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।